ਲਓ ਇਧਰਲੇ ਪਾਸੇ ਉਹ ਬਈ ਧਿਆਨ ਨਾਲ ਧਿਆਨ ਨਾਲ ਸੱਟ ਚੋਰ ਤੋਂ ਬਚਾਓ। ਕੋਈ ਨੀ ਬਾਈ ਦਰਸ਼ਕ ਵੀਰ ਨਾ ਆਉਣ, ਕੋਈ ਚੱਕਰ ਨੀ ਦਰਸ਼ਕ ਵੀਰ ਨਾ ਆਉਣ। ਬਾਈ ਸੁੰਦਰ ਪਾਸ ਵਾਹ ਤੇਰੇ ਬੰਟੀ ਤੇ ਪ੍ਰਿੰਸ ਭਰਾ ਖੇਡਦੇ ਆ, ਗੱਲਾਂ ਲੱਗਦੀਆਂ ਟਗਾਣੇ। ਲਓ ਉਧਰਲੇ ਪਾਸੇ ਮੌਕਾ ਫੇਰ ਬਣ ਗਿਆ ਮੇਰੇ ਵੀਰਿਓ ਖੁਸ਼ਵਿੰਦਰ ਤੇ ਬੱਲੇ 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 ਮਾਰੋ ਭਰ ਗਏ ਬਰਾ। ਵੇਖੋ ਬਾਈ ਦਾਊ ਸਰਵਿਸ ਤੇ ਖਿਡਾਰੀ ਤਿਆਰ ਹੈ, ਕਮਲ ਬਾਈ ਦੀ ਲਿਫਟ। ਵਾਹ ਤੇਰੇ ਮੁਕੇਸ਼, ਇੱਕ ਹਫਤੇ ਪੂਰੇ 7 ਦਿਨਾਂ ਦੇ ਬਾਅਦ ਸਾਡੇ ਭਰਾ ਨੇ ਜਿਹੜਾ ਇੰਡੀਆ ਕੈਂਪ ਵੀ ਲਾਉਣ ਜਾਣਾ ਹੈ। ਪਹਿਲੇ ਹੀ ਦੱਸਿਆ ਟੌਪ ਦੇ ਮਨ ਲਾਏ ਆ ਵਾਲੀਬਾਲ ਖੇਡਣ ਦੇ। ਵਾਹ ਤੇਰੇ ਜੈ ਸਰਵਿਸ ਤੇ ਫੇਰ ਵੇਖਾਂਗੇ। ਚੰਡੀਗੜ੍ਹੀਆ ਬੋਬੀ ਤਿਆਰ ਹੈ। ਵਾਓ ਬਾਈ ਬੋਬੀ, ਲਓ ਇਧਰਲੇ ਪਾਸੇ ਮੌਕਾ ਬਣ ਗਿਆ ਫੇਰ ਪ੍ਰਿੰਸ ਬਾਈ ਦੀ ਲਿਫਟ ਤੇ ਬੰਟੀ। ਵਾਓ ਤੇਰੇ ਸੋ ਬਈ ਯਾਦ ਕਰਾਂਗੇ 200 ਦੇ ਵੱਡੇ ਮਾਨ ਜੇ ਚੰਗੀ ਡਿਫੈਂਸ ਲਾਉਂਦਾ। ਵਾਹ ਜੈਜਵੀਰ ਪਾਵਰ ਮਾਰੀ ਹੈ, ਪਰ ਵੇਖਾਂਗੇ ਉਧਰਲੇ ਪਾਸੇ ਮੌਕਾ ਫੇਰ ਬਣ ਗਿਆ। ਮੁੰਡਾ ਆਏ ਤੇ ਵਰਮਾ ਜੀ ਆਏ ਆ, ਬੋਬੀ ਵਰਮਾ ਆਏ, ਪਰ ਵੇਖਾਂਗੇ ਸਾਹਮਣੇ ਸੌਰਵ। ਸੋ ਅੱਜ ਦੇ ਖੇਡ ਮੇਲੇ ਤੇ ਇਹਨਾਂ ਬੱਚਿਆਂ ਬਾਰੇ ਦੋ ਸ਼ਬਦ ਜਿਹੜੇ ਜ਼ਰੂਰ ਬੋਲਣ। ਅੱਜ ਮੈਂ ਸਵੇਰ ਤੋਂ ਖੇਡ ਮੇਲਿਆਂ 'ਚ ਜਾ ਰਹੀ ਹਾਂ। ਮੇਰੇ ਕਾਰਤਿਕ, ਅਮਨ, ਚੇਤਨ, ਪੁਨੀਤ, ਆਸ਼ੀਸ਼, ਨਿਤਿਨ, ਦੀਪਕ ਔਰ ਮੇਰੀ ਛੋਟੀ ਭੈਣ, ਸਾਡੇ MC ਮਨਿੰਦਰ ਕੌਰ ਜੀ, ਇਹਨਾਂ ਦੇ ਹਸਬੈਂਡ ਔਰ ਇਲਾਕਾ ਸੁਮਿਤ ਜੀ, ਗਗਨ ਜੀ, ਜਿਨ੍ਹਾਂ ਦੀ ਬਦੌਲਤ ਮੈਨੂੰ ਇੱਥੇ ਪਹੁੰਚਣ ਦਾ ਮੌਕਾ ਮਿਲਿਆ। ਕਹਿੰਦੇ ਰਸਤਾ ਕੋਈ ਨਾ ਕੋਈ ਹੋਣਾ ਚਾਹੀਦਾ, ਉਸ ਰਸਤੇ 'ਤੇ ਹੀ ਤੁਸੀਂ ਚੱਲ ਸਕ ਜੀ। ਸੁਨੀਤਾ ਚੰਦੇਲ ਜੀ, ਮੀਨਾਕਸ਼ੀ ਚੰਦੇਲ ਜੀ, ਭਾਗੋ ਦੇਵੀ ਜੀ, ਲਤਾ ਦੇਵੀ, ਇਸ ਗੇਮ ਨੂੰ ਪ੍ਰਮੋਟ ਕਰਨ ਵਾਸਤੇ ਇੱਕ ਸਾਰੇ ਖਿਡਾਰੀ ਸਮਝਦੀਆਂ। ਸੁਭਾਗਯ ਹੈ ਕਿ ਮੈਨੂੰ ਇਸ ਵੱਡੇ ਆਯੋਜਨ ਦੇ ਵਿੱਚ ਆਉਣ ਦਾ ਮੌਕਾ ਮਿਲਿਆ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਖੇਡਦੇ ਹੋਏ ਦੇਖਦੇ ਹਾਂ, ਮੈਂ ਸਾਡਾ ਵੀ ਖੂਨ ਵੱਧ, ਨਸ਼ਿਆਂ ਦਾ ਵੱਧਦਾ ਹੋਇਆ ਕੰਮ ਬਹੁਤ ਹੈ। ਹਲਕੇ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧ ਰਿਹਾ ਹੈ ਅਤੇ ਰੋਕਣ ਵਾਲਾ ਕੋਈ ਨਹੀਂ ਹੈ। ਮੈਂ ਸ਼ਾਮਿਲ ਹੋ ਸਕਦੇ ਨੇ, ਪਰ ਜੋ ਲੋਕ ਕੁਰਸੀਆਂ 'ਤੇ ਬੈਠੇ ਨੇ ਉਹਨਾਂ ਦੇ ਕੰਮ ਤੇ ਜੂੰ ਤੱਕ ਨਹੀਂ ਰਹੇਗਾ, ਕੋਈ ਕੁਛ ਨਹੀਂ ਕਰ ਰਿਹਾ। ਬਹੁਤ ਬਹੁਤ ਸਾਰੇ ਵਧਾਈਆਂ ਵੀ ਦਿੰਦੇ ਨੇ ਤੇ ਉਹਨਾਂ ਨੂੰ ਆਪ ਨੂੰ ਵੀ ਬਹੁਤ ਅੱਛਾ ਮਹਿਸੂਸ ਹੁੰਦਾ ਹੈ ਕਿ ਅਸੀਂ, ਤੁਹਾਨੂੰ ਵੀ ਖੁਸ਼ੀ ਹੁੰਦੀ ਹੈ, ਤੁਹਾਡੇ ਮਾਂ ਪਿਓ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ।
ਭੈਣਾਂ ਦੀ, ਭਰਾਵਾਂ ਦੀ, ਸਾਡੇ ਯੂਥ ਦੀ ਸਭ ਦਾ ਸਹਿਯੋਗ ਹੈ। ਮੈਂ ਇਕੱਲੀ ਉਹਦੇ ਵਾਸਤੇ ਕੁਛ ਕਰ ਨਹੀਂ ਸਕਦੀ, ਲੇਕਿਨ ਅਸੀਂ ਇੱਕ ਕਾਲਕਾ ਵਿਧਾਨ ਸਭਾ, ਮੈਂ ਕਾਲਕਾ ਹਲਕਾ ਕੋਈ ਛੋਟਾ ਹਲਕਾ ਨਹੀਂ ਹੈ, MC ਸਾਹਿਬਾਨਾਂ ਦੀ, ਦੂਜੇ ਪਾਰਟੀਆਂ ਦੇ ਲੋਕਾਂ ਦਾ ਵੀ ਅਸੀਂ ਸਹਿਯੋਗ ਲਵਾਂਗੇ। ਸੋ ਬਈ ਮੈਂ ਹੁਣ ਇਹ ਸੋਚ ਵਧੀਆ ਲੱਗੀ ਹੈ ਕਿ ਨਸ਼ੇ ਤੇ ਸ਼ਰਾਬ ਦੇ ਲਈ ਖੇਡ ਮੇਲੇ ਕਰਵਾ, ਮੈਮ ਦਾ ਸਨਮਾਨ ਚਿੰਨ੍ਹ ਪ੍ਰਾਪਤ ਕਰਵਾਈ ਹੈ। ਸ਼੍ਰੀਮਤੀ ਮਨਵੀਰ ਕੌਰ ਗਿੱਲ ਮੈਮ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਦੋ ਕਦਮ ਚੱਲ ਕੇ ਆਉਣ ਆਏ ਹੈ। ਸੋ ਪਰਮਾਤਮਾ ਇਸੇ ਤਰ੍ਹਾਂ ਇਹਨਾਂ ਨੂੰ ਵੀ ਜੜ ਦੀ ਗਲਾ ਰੱਖਣ। ਸਭ ਬੜੀ ਆਇਆ ਯਾਰ, ਉੱਠ ਖੜੂ, ਕਿਤਾਬਾਂ ਦੇ ਧੂੜ ਪੈ ਜਾਣੀ ਪਰ ਕਹਾਣੀਆਂ ਨੀ ਖਤਮ ਹੋਇਆ ਕਰਨੀਆਂ। ਚਾਹੇ ਬੰਦੇ ਦੇ ਸੱਟ ਵਹਿ ਜਾਵੇ, ਬੰਦਾ ਫੇਰ ਰੋਹਨ ਰਾਹੀ ਤਿਆਰ ਹੈ ਤੇ ਦੂਸਰੇ ਪਾਸੇ ਵਾਹ ਤੇਰੇ ਕੁਸ਼ਵਿੰਦਰ ਹੈ ਮੇਰੇ ਵੀਰੇ। ਲਓ ਸੁੰਦਰ ਪਾਸ, ਓਏ ਹੋ 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 ਰੋਹਨ।